ਹੈਲੋ ਦੋਸਤੋ, ਸਾਡੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਵਿੱਚ ਜਿਹੜੀਆਂ ਪੋਸਟਾਂ ਗਾ ਗੌਰਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਪਟਿਆਲਾ ਵਾਸਤੇ ਅਤੇ ਡਾਕਟਰ ਬੀ ਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਸੁਸਾਇਟੀ SAS ਨਗਰ ਮੁਹਾਲੀ ਵਾਸਤੇ ਉਹਨਾਂ ਬਾਰੇ ਤੁਹਾਨੂੰ ਦੱਸਾਂਗੇ। ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਦੋਸਤੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਘੰਟੇ ਵਾਲਾ ਬਟਨ ਜ਼ਰੂਰ ਦੱਬ ਲਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਪੋਸਟ ਦੀ ਜਾਣਕਾਰੀ ਬਾਰੇ ਵੀਡੀਓ ਪਾਈਏ ਜਾਂ ਕਿਸੇ ਸਟੱਡੀ ਦੇ ਟੋਪਿਕ 'ਤੇ ਵੀਡੀਓ ਪਾਈਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ। ਤਾਂ ਸਭ ਤੋਂ ਪਹਿਲਾਂ ਜੇ ਸਟਾਰਟਿੰਗ ਡੇਟ ਦੀ ਗੱਲ ਕਰੀਏ ਤਾਂ 29 ਫਰਵਰੀ 2020 ਤੋਂ ਤੁਸੀਂ ਅਪਲਾਈ ਕਰ ਸਕਦੇ ਹੋ ਉਹਨੂੰ ਆਨਲਾਈਨ। 575 ਟੋਟਲ ਪੋਸਟਾਂ ਨੇ ਅਤੇ ਲਾਸਟ ਡੇਟ ਆ ਜਿਹੜੀ ਅਪਲਾਈ ਕਰਨ ਦੀ ਇਹਦੀ 19 ਮਾਰਚ 2020 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ। ਅੱਗੇ ਦੋਸਤੋ, ਜੇ ਆਪਾਂ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਕੈਂਡੀਡੇਟ ਆ ਜਿਹੜਾ 10th+2 BSc ਡਿਪਲੋਮਾ ਡਿਗਰੀ ਮਾਸਟਰ ਡਿਗਰੀ ਇਨ ਰਿਲੇਵੈਂਟ ਡਿਸਿਪਲਿਨ ਜਿਹੜੀ ਵੀ ਪੋਸਟ ਦੇ ਹਿਸਾਬ ਨਾਲ ਉਹ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਇੰਸਟੀਚਿਊਟ ਜਾਂ ਬੋਰਡ ਤੋਂ ਪਾਸ ਹੋਣਾ ਚਾਹੀਦਾ, ਉਹਦੀ ਕੰਪਲੀਟ ਹੋਣੀ ਚਾਹੀਦੀ ਆ। ਅੱਗੇ ਦੋਸਤੋ, ਜੇ ਆਪਾਂ ਪੋਸਟਾਂ ਦੀ ਗੱਲ ਕਰੀਏ ਕਾਹਦੀਆਂ ਪੋਸਟਾਂ, ਇਹ ਅਨੈਸਥੀਸੀਆ ਟੈਕਨੀਸ਼ੀਅਨ ਵਾਸਤੇ 4 ਪੋਸਟਾਂ, ਆਰਟਿਸਟ ਕਾ ਮਾਡਲਰ ਵਾਸਤੇ 1 ਪੋਸਟ ਆ, ਸਟਾਫ ਨਰਸ ਦੀਆਂ 411, ਟੈਕਨੀਸ਼ੀਅਨ ਦੀਆਂ 27, ECG ਵਾਸਤੇ 7 ਪੋਸਟਾਂ, ਲਾਈਬ੍ਰੇਰੀਅਨ ਦੀ 1 ਪੋਸਟ, ਇਲੈਕਟ੍ਰੀਸ਼ਨ ਦੀ 1 ਪੋਸਟ, ਗਰੁੱਪ ਡੀ ਦਾ ਕਲਰਕ ਦੀ ਗੱਲ ਕਰੀਏ ਤਾਂ 30 ਪੋਸਟਾਂ, ਮੀਡੀਆ ਮੇਕਰ ਦੀਆਂ 1 ਪੋਸਟਾਂ, ਆਪਰੇਸ਼ਨ ਥੀਏਟਰ ਅਸਿਸਟੈਂਟ ਦੀਆਂ 12 ਪੋਸਟਾਂ, ਕਾਰਪੇਂਟਰ ਦੀ 1 ਪੋਸਟ ਆ, ਕੈਸ਼ੀਅਰ ਦੀ 1 ਪੋਸਟ ਆ, ਅਤੇ ਅੱਗੇ PHN ਦੀਆਂ 2 ਪੋਸਟਾਂ, ਪਲੰਬਰ ਦੀਆਂ 2 ਪੋਸਟਾਂ, ਅਤੇ ਹੈਲਥ ਵਿਜ਼ਟਰ ਦੀ 1 ਪੋਸਟ ਹੈ, ਅਤੇ ਹੋਸਟਲ ਵਾਰਡਨ ਦੀਆਂ 2 ਪੋਸਟਾਂ ਨੇ, ਅਤੇ ਜੇ ਗੱਲ ਕਰੀਏ ਡਾਇਟ ਸੁਪਰਵਾਈਜ਼ਰ ਦੀ ਇਹਦੀ ਵੀ 1 ਪੋਸਟ ਆ, ਅਤੇ ਗੱਲ ਕਰੀਏ ਅਸਿਸਟੈਂਟ ਦੀ 70 ਪੋਸਟਾਂ, ਅਲੱਗ ਅਸਿਸਟੈਂਟ ਆ ਇਹਨਾਂ ਦੀਆਂ 70 ਪੋਸਟਾਂ, ਯਾਨੀ ਕਿ ਟੋਟਲ 575 ਪੋਸਟਾਂ ਹਨ। ਅੱਗੇ ਜੇ ਦੋਸਤੋ ਆਪਾਂ ਏਜ ਲਿਮਿਟ ਦੀ ਗੱਲ ਕਰ ਲਈਏ ਤਾਂ 18 ਤੋਂ 37 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਕੈਂਡੀਡੇਟ ਜਿਹੜਾ ਵੀ ਅਪਲਾਈ ਕਰੂਗਾ, ਅਤੇ ਜਿਹੜੀ ਏਜ ਰਿਲੈਕਸੇਸ਼ਨ ਆ ਉਹ ਐਜ਼ ਪਰ ਗੌਰਮੈਂਟ ਰੂਲ ਦੇ ਅਕੋਰਡਿੰਗ, ਅਤੇ ਜਿਹੜਾ ਸਿਲੈਕਸ਼ਨ ਪ੍ਰੋਸੀਜਰ ਆ ਉਹ ਇੰਟਰਵਿਊ ਬੇਸਡ ਉੱਤੇ ਸਕਿੱਲ ਟੈਸਟ ਹੋਊਗਾ, ਉਹਦੇ ਬੇਸ ਦੇ ਉੱਤੇ ਸਿਲੈਕਸ਼ਨ ਹੋਊਗੀ। ਅਤੇ ਤੁਸੀਂ ਦੋਸਤੋ ਇਹ ਔਨਲਾਈਨ ਅਪਲਾਈ ਕਰ ਸਕਦੇ ਹੋ, ਤੁਸੀਂ ਜਿਹੜੀ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਆ www.bfuhs.ac.in 'ਤੇ ਤੁਸੀਂ ਲੌਗਇਨ ਕਰਕੇ ਇੱਥੇ ਤੁਸੀਂ ਅਪਲਾਈ ਕਰ ਸਕਦੇ ਹੋ। ਸਾਰਿਆਂ ਨਾਲੋਂ ਪਹਿਲਾਂ ਜਿਹੜੀ ਇਹਦੀ ਮੈਂ ਲਿੰਕ ਆ ਉਹ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ, ਤੁਸੀਂ ਉੱਥੇ ਜਾ ਕੇ ਅਫੀਸ਼ੀਅਲ ਨੋਟੀਫਿਕੇਸ਼ਨ ਚੈੱਕ ਕਰਕੇ ਆਪਦਾ ਕ੍ਰਾਈਟੀਰੀਆ ਚੈੱਕ ਕਰਕੇ ਜਿਹੜੀ ਪੋਸਟ ਵਾਸਤੇ ਤੁਸੀਂ ਅਪਲਾਈ ਕਰਨ ਉਹਦੇ ਵਾਸਤੇ ਐਲੀਜੀਬਲ ਹੋ ਜਾਂ ਨਹੀਂ ਉਹ ਜ਼ਰੂਰ ਚੈੱਕ ਕਰ ਲਿਓ ਅਪਲਾਈ ਕਰਨ ਤੋਂ ਪਹਿਲਾਂ, ਅਤੇ ਤੁਸੀਂ ਅਫੀਸ਼ੀਅਲ ਵੈਬਸਾਈਟ 'ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰ ਲਿਓ। ਦੋਸਤੋ ਅੱਜ ਲਈ ਇੰਨਾ ਹੀ, ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ, ਅਤੇ ਦੋਸਤੋ ਅੱਗੇ ਵੀ ਅਸੀਂ ਇੱਦਾਂ ਦੀਆਂ ਪੋਸਟਾਂ ਦੀ ਜਾਣਕਾਰੀ ਅਤੇ ਸਟੱਡੀ ਦੇ ਰਿਲੇਟਡ ਮਟੀਰੀਅਲ ਪਾਉਂਦੇ ਰਹਾਂਗੇ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜੈ ਹਿੰਦ।